ਭਾਰਤੀ ਪ੍ਰਧਾਨਗੀ ਵਿੱਚ ਚੱਲ ਰਹੀ G20 ਸਿਮਲਨ ਦੇ ਤਹਿਤ ਪਹਿਲੇ L20 ਸਿਮਲਨ ਨਾਲ ਸੰਬੰਧਿਤ ਦੋ ਦਿਨਾਂ ਬੈਠਕ ਅਮ੍ਰਿਤਸਰ ਵਿਖੇ ਸਮਾਪਤ ਹੋ ਗਈ। L20 ਦੇ ਚੇਅਰਮੈਨ ਅਤੇ ਭਾਰਤੀ ਮਜ਼ਦੂਰ ਸੰਘ ਦੇ ਮੁਖੀ ਹਰਿੰਮੇਆ ਪਾਂਡਿਆ ਦੀ ਪ੍ਰਧਾਨਗੀ ਵਿੱਚ ਹੋਈ ਇਸ ਬੈਠਕ ਵਿੱਚ ਦੇਸ਼ ਵਿਦੇਸ਼ ਦੇ ਮਾਹਰਾਂ ਨੇ ਕੀਟਰੀਆਂ ਦੀਆਂ ਸਮੱਸਿਆਵਾਂ ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਵਿਸ਼ਵ ਸਮਾਜਿਕ ਸੁਰੱਖਿਆ ਅਤੇ ਮਹਿਲਾ ਸ਼ਕਤੀ ਦੇ ਹੁਨਰ ਵਿਕਾਸ ਦੇ ਮੁੱਦੇ ਬਾਰੇ ਸਾਂਝਾ ਬਿਆਨ ਜਾਰੀ ਕੀਤਾ ਗਿਆ। ਦੋ ਦਿਨ ਦੀ ਇਸ ਬੈਠਕ ਦੌਰਾਨ ਕਿਰਤੀਆਂ ਦੀ ਰੋਜ਼ੀ-ਰੋਟੀ ਤੇ ਰੋਜ਼ਗਾਰ, ਸਮਾਜਿਕ ਸੁਰੱਖਿਆ ਦਾ ਆਲਮੀਕਰਨ, ਅੰਤਰਰਾਸ਼ਟਰੀ ਪੱਧਰ ਤੇ ਕਿਰਤੀਆਂ ਦੀ ਹਿਜਰਤ, ਹੁਨਰ ਵਿਕਾਸ ਤੇ ਉਂਤ ਹੁਨਰ ਦੇ ਤਾਲਨੀ, ਕਰਮਚਾਰੀ ਤੇ ਸਰਕਾਰ ਦੀ ਜ਼ਿੰਮੇਵਾਰੀ ਸਮੇਤ ਕਿਰਤੀਆਂ ਨਾਲ ਜੁੜੇ ਕਈ ਹੋਰ ਮਹੱਤਵਪੂਰਨ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਵਿੱਚ ਕਿਹਾ ਗਿਆ ਕਿ ਦੁਨੀਆ ਪਰਵਿਸ਼ਕ੍ਰਿਪਤ 4 ਬਿਲੀਅਨ ਲੋਕ ਹਾਲੇ ਵੀ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਸੁਰੱਖਿਆ ਤੋਂ ਵਾਂਝੇ ਨੇ ਅਤੇ ਆਰਥਿਕ, ਸਮਾਜਿਕ ਤੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਚੇਲ ਰਹੇ ਨੇ। ਇਕ ਕਿਹਾ ਗਿਆ ਕਿ ਜੀ20 ਦੇ ਸਾਰੇ ਦੇਸ਼ਾਂ ਵਿੱਚ ਸਮਾਜਿਕ ਸੁਰੱਖਿਆ ਮਹੱਤਵਪੂਰਣੀ ਅਤੇ ਦੁਨੀਆ ਵਿੱਚ ਖਾਸ ਤੌਰ ਤੇ ਜੀ20 ਦੇਸ਼ਾਂ ਵਿਚਾਲੇ ਹਿਜਰਤ ਵਧ ਰਹੀ ਹੈ ਇਸ ਨੂੰ ਦੇਖਦਿਆਂ ਸਮਾਜਿਕ ਸੁਰੱਖਿਆ ਫੰਡ ਦੀ ਪੋਰਟੇਬਿਲਟੀ ਬੇਹੱਦ ਜ਼ਰੂਰੀ ਹੈ ਅਤੇ ਜੀ20 ਦੇਸ਼ਾਂ ਨੂੰ ਇਸ ਦੇ ਵਿਸਥਾਰ ਨਾਲ ਚਰਚਾ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਦੁਨੀਆ ਭਰ ਦੇ ਕਿਰਤੀਆਂ ਨੂੰ ਸਮਾਜਿਕ ਸੁਰੱਖਿਆ ਮਿਲ ਸਕੇ ਜੀ20 ਦੇ ਤਹਿਤ ਵਕਫਾਕ ਪਾਈਵਲ ਸਮੂਹਾ ਵਿੱਚੋਂ L20 ਇੱਕ ਜਿਸ ਵਿੱਚ ਵਕਫਾਕ ਮਜ਼ਦੂਰ ਸੰਗਠਨਾ ਦੇ ਨੇਤਾ ਅਤੇ ਪ੍ਰਤੀਨਿਧ ਸ਼ਾਮਲ ਨੇ ਆਉਥਵਾਨੂੰ ਲੈ ਚਲਦੇ ਹਾਂ ਅੰਮ੍ਰਿਤਸਰ ਜਿੱਥੇ ਸਾਡੇ ਸੁਵਿਧਾਤਾ ਸ਼ਿਸ਼ੂ ਸ਼ਰਮਾ ਸ਼ਾਂਤਲ ਬੈਠਕ ਬਾਰੇ ਹੋਰ ਜਾਣਕਾਰੀ ਦੇ ਰਹੇ ਨੇ ਅ ਦੇਖੋ ਜੀ 20 ਤਹਿਤ ਐਲ 20 ਯਾਨੀ ਲੇਬਰ 20 ਦੀ ਇਹ ਮੀਟਿੰਗ ਜਿਹੜੀ ਹੈ ਹੁਣ ਤੋਂ ਥੋੜੀ ਦੇਰ ਪਹਿਲਾਂ ਖਤਮ ਹੋਈ ਹੈ 2 ਦਿਨ ਤੱਕ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰ ਕੀਤਾ ਗਿਆ ਜਿਹੜੇ ਕਿ ਕਾਫੀ ਅਹਿਮ ਰਹੇ ਨੇ ਉਹ ਚ ਸਮਾਜਿਕ ਸੁਰੱਖਿਆ ਤੇ ਮਹਿਲਾ ਦੇ ਕੌਸ਼ਲ ਵਿਕਾਸ ਨਾਲ ਜੁੜੇ ਮੁੱਦੇ ਸਨ ਤੇ ਇਸ ਤੋਂ ਬਾਅਦ ਇੱਕ ਅਮਰਸਰ ਵਕਤਵਿਅ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਇਹ ਅਮਰਸਰ ਵਕਤਵਿਅ ਕੀ ਹੈ ਇਹਦੇ ਚ ਕੀ ਹੈ ਕਿਸ ਤਰ੍ਹਾਂ ਦੀ ਗੱਲ ਕਹੀ ਗਈ ਹੈ ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਭਾਰਤੀ ਮਜ਼ਦੂਰ ਸੰਘ ਦੇ ਆਗੂ ਪਵਨ ਕੁਮਾਰ ਅਸੀਂ ਉਹਨਾਂ ਤੋਂ ਜਾਣਦੇ ਹਾਂ ਕਿ ਆਖਰ ਕੀ ਹੈਗਾ ਜੀ ਦੋ ਦਿਨਾਂ ਦੀ ਮੀਟਿੰਗ ਦੇ ਵਿੱਚ ਦੋ ਮੁੱਦੇ ਦੇ ਅਮਰਸਰ ਡਾਕੂਮੈਂਟ ਜਾਰੀ ਕੀਤਾ ਗਿਆ ਹੈ ਪਹਿਲਾ ਹੈਗਾ ਇੰਟਰਨੈਸ਼ਨਲ ਪੋਲਿਟੀਬਿਲਿਟੀ ਔਨ ਸੋਸ਼ਲ ਸਿਕਿਉਰਿਟੀ ਫੰਡ ਇਹ ਜਿਹੜੇ ਮਜ਼ਦੂਰ ਇੱਧਰ ਉੱਧਰ ਜਾਂਦੇ ਨੇ ਇਹਨਾਂ ਦਾ ਸੋਸ਼ਲ ਸਿਕਿਉਰਿਟੀ ਫੰਡ ਟਰਾਂਸਫਰ ਹੋਣਾ ਚਾਹੀਦਾ ਹੈ ਦੂਜਾ ਹੈਗਾ ewomen ਵਰਲਡ ਐਂਡ ਫਿਊਚਰ ਆਪਸਕਿਲਿੰਗ ਔਫ ਦੀ ewomen ਵਰਕਰ ਮਹਿਲਾਵਾਂ ਦੀ ਸਕਿੱਲ ਡਿਵੈਲਪ ਕਰਨਾ ਤੇ ਇਸ ਦੇ ਬਾਰੇ ਡਿਟੇਲ ਚਰਚਾ ਹੋ ਕੇ ਗੱਲ ਹੋਈ ਹੈ ਇਹ ਅਗਲੀ ਮੀਟਿੰਗ ਦੇ ਵਿੱਚ 22 ਜੂਨ ਨੂੰ ਔਰ ਇਸ ਤੇ ਹੋਰ ਗਹਿਰੀ ਚਰਚਾ ਹੋ ਕੇ ਇਹ ਫਾਈਨਲ ਹੋ ਜਾਣਗੇ ਤੇ ਤੁਸੀਂ ਦੇਖਿਆ ਕਿ ਇਹਨਾਂ ਨੇ ਦੱਸਿਆ ਸਾਨੂੰ ਕਿ ਜਿਹੜੇ ਇਹ ਮੁੱਦੇ ਕਾਫੀ ਮਹੱਤਵਪੂਰਨ ਨੇ ਤੇ ਇਹਨਾਂ ਤੇ ਅਗਲੀ ਮੀਟਿੰਗ ਦੇ ਵਿੱਚ ਚਾਚਾ ਹੋਵੇਗੀ ਉਸ ਤੋਂ ਬਾਅਦ ਇੱਕ ਮੰਤਰੀ ਪੱਧਰ ਦੀ ਮੀਟਿੰਗ ਹੋਣੀ ਹੈ ਜਿਸ ਵਿੱਚ ਫਾਈਨਲ ਡਰਾਫਟ ਜਿਹੜਾ ਤਿਆਰ ਕੀਤਾ ਜਾਵੇਗਾ ਜੀ